ਵਿਸ਼ਕਰਮਾ ਸਪੋਰਟਸ ਐਂਡ ਵੈਲਫੇਅਰ ਕਲੱਬ ਬੱਸੀ ਪਠਾਣਾ ਵੱਲੋਂ ਘੁੰਮਰਗੜ੍ਹ ਰੋਡ ਤੇ ਤੀਜਾ ਖੂਨਦਾਨ ਕੈਂਪ ਲਗਾਇਆ ਗਿਆ। ਡਾਕਟਰ ਸੀਰਤ ਨੇ ਕਿਹਾ ਕਿ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 68 ਸਾਲ ਤੱਕ ਦੀ, ਵਜ਼ਨ 45 ਕਿਲੋ ਤੋਂ ਜ਼ਿਆਦਾ ਹੋਵੇ, ਉਹ ਖੂਨਦਾਨ ਕਰ ਸਕਦਾ ਹੈ। ਖੂਨਦਾਨ ਨੂੰ ਜੇਕਰ ਜੀਵਨਦਾਨ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਗਲਤ ਨਹੀਂ ਹੋਵੇਗਾ, ਕਿਉਂਕਿ ਅਜਿਹਾ ਮਹਾਨ ਦਾਨ ਕਰਨ ਦੀ ਸੋਚ ਰੱਖਣ ਵਾਲੇ ਵਿਅਕਤੀ ਦੇ ਜ਼ਿਹਨ ਵਿੱਚ ਇਹ ਗੱਲ ਜ਼ਰੂਰ ਹੁੰਦੀ ਹੈ ਕਿ ਉਹ ਆਪਣਾ ਖੂਨ ਕਿਸੇ ਦੂਸਰੇ ਇਨਸਾਨ ਦੀ ਕੀਮਤੀ ਜ਼ਿੰਦਗੀ ਨੂੰ ਬਚਾਉਣ ਦੇ ਲਈ ਦਾਨ ਕਰ ਰਿਹਾ ਹੈ। ਅਜਿਹੇ ਇਨਸਾਨ ਇੱਕ ਪਵਿੱਤਰ ਤੇ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਕੁਲਬੀਰ ਸਿੰਘ, ਮੁੱਖ ਮਹਿਮਾਨ ਬਾਬਾ ਬਲਵਿੰਦਰ ਸਿੰਘ ਮੁੱਲਾਪੁਰ ਵਾਲੇ, ਵਿਸ਼ੇਸ਼ ਮਹਿਮਾਨ ਕੰਵਰ ਰਾਜਪਾਲ ਸਿੰਘ ਲਾਲੀ, ਬੀਸੀ ਵਿਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਤੇ ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਮੱਲ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਡੇ ਵੱਲੋਂ ਕੀਤਾ ਗਿਆ ਖੂਨਦਾਨ ਕਈ ਜ਼ਿੰਦਗੀਆਂ ਨੂੰ ਬਚਾਉਂਦਾ ਹੈ। ਇਸ ਗੱਲ ਦਾ ਅਹਿਸਾਸ ਸਾਨੂੰ ਉਦੋਂ ਹੁੰਦਾ ਹੈ ਜਦੋਂ ਸਾਡਾ ਕੋਈ ਆਪਣਾ ਖੂਨ ਦੇ ਲਈ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਿਹਾ ਹੁੰਦਾ ਹੈ। ਇਸ ਵਕਤ ਅਸੀਂ ਨੀਂਦ ਤੇ ਜਾਗਦੇ ਹਾਂ ਅਤੇ ਉਸ ਨੂੰ ਬਚਾਉਣ ਲਈ ਖੂਨ ਦਾ ਇੰਤਜ਼ਾਮ ਦੀ ਜਦੋਂ ਜਹਿਦ ਕਰਦੇ ਹਾਂ। ਉਹਨਾਂ ਕਿਹਾ ਕਿ ਅਚਾਨਕ ਦੁਰਘਟਨਾ ਜਾਂ ਰੋਗ ਦਾ ਸ਼ਿਕਾਰ ਸਾਡੇ ਵਿੱਚੋਂ ਕੋਈ ਵੀ ਹੋ ਸਕਦਾ ਹੈ। ਭਾਰਤ ਦੇਸ਼ ਦੀ ਸੰਸਕ੍ਰਿਤੀ ਤੇ ਸਭਿਅਤਾ ਤੇ ਸ਼ਾਹੀ ਦੁਨੀਆ ਵਾਕਿਫ ਹੈ। ਇਸ ਲਈ ਇਸ ਨੇਕ ਤੇ ਪਵਿੱਤਰ ਉਪਰਾਲੇ ਵਿੱਚ ਹਰ ਇਨਸਾਨ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਤੀਜਾ ਖੂਨਦਾਨ ਕੈਂਪ ਲਾਇਆ ਜੀ, ਇਹਦੇ ਵਿੱਚ 50 ਬੋਤਲਾਂ ਹੁਣ ਤੱਕ ਹੋ ਚੁੱਕੀਆਂ ਨੇ। ਇਹ ਟੀਮ 32 ਸੈਕਟਰ ਤੋਂ ਆਈ ਹੈ ਜੀ। ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਜੀ। ਖਰੋੜ ਬਸੀ ਪਠਾਣਾ ਵੱਲੋਂ ਵਿਸ਼ਕਰਮਾ ਕਲੱਬ ਐਂਡ ਸੋਸ਼ਲ ਵੈਲਫੇਅਰ ਕਲੱਬ ਤੋਂ ਅੱਜ ਤੀਸਰਾ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਬਾਬਾ ਬਲਵਿੰਦਰ ਸਿੰਘ ਮੁੱਲਾਪੁਰ ਵਾਲੇ ਅਤੇ ਕੰਵਲ ਰਾਜਪਾਲ ਸਿੰਘ ਲਾਲੀ ਜੀ ਨੇ ਕਰਿਆ। ਸੋ ਨੌਜਵਾਨਾਂ ਦਾ ਜੋ ਇਹ ਤੀਸਰਾ ਕੈਂਪ ਹੈ, ਇਹ ਸਾਰੇ ਹੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲਵਾਇਆ ਜਾ ਰਿਹਾ। ਬੜੀ ਖੁਸ਼ੀ ਦੀ ਗੱਲ ਹੈ, ਨੌਜਵਾਨਾਂ ਦੇ ਵਿੱਚ ਜਾਗਰੂਕਤਾ ਆਈ ਹੈ ਔਰ ਵਿਸ਼ੇਸ਼ ਤੌਰ 'ਤੇ ਵਿਸ਼ਕਰਮਾ ਭਾਈਚਾਰਾ ਜੋ ਮੂਹਰੇ ਹੋ ਕੇ ਕੰਮ ਕਰ ਰਿਹਾ ਬਸਠਾਣਾ ਵਿੱਚ, ਉਹਨਾਂ ਵਿੱਚ ਸੱਲ ਸਾਹਿਬ ਹੈ ਜੋ ਸਾਬਕਾ ਪ੍ਰਧਾਨ ਨੇ ਸਾਡੇ ਨਗਰ ਕੌਂਸਲ ਦੇ, ਇਹਨਾਂ ਦੀ ਅਗਵਾਈ ਵਿੱਚ ਅਜਮੇਰ ਸਿੰਘ ਜੀ ਖਾਲਸਾ ਜੋ ਹਲਕਾ ਪ੍ਰਧਾਨ ਬਸੀ ਪਠਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇ, ਔਰ ਆਸ ਕਰਦਾ ਅੱਗੇ ਤੋਂ ਵੀ ਇਹ ਵੱਧ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ। ਅੱਜ ਸਾਡੇ ਵਿਸ਼ਕਰਮਾ ਸਪੋਰਟਸ ਕਲੱਬ ਵੱਲੋਂ ਤੀਸਰਾ ਖੂਨਦਾਨ ਕੈਂਪ ਲਾਇਆ ਜਾ ਰਿਹਾ, ਜਿਸ ਵਿੱਚ 50 ਯੂਨਿਟ ਖੂਨ ਇਕੱਠਾ ਹੋ ਗਿਆ ਜੀ। ਅਸੀਂ ਇਹ 3 ਸਾਲ ਤੋਂ ਜਿਹੜਾ ਖੂਨਦਾਨ ਕੈਂਪ ਲਾ ਰਹੇ ਹਾਂ। ਪਹਿਲੀ ਵਾਰ ਸਾਡੇ ਕੋਲ 73 ਯੂਨਿਟ, ਦੂਸਰੀ ਵਾਰ 72 ਯੂਨਿਟ, ਅਤੇ ਇਸ ਵਾਰ ਵੀ ਵੱਧ ਤੋਂ ਵੱਧ ਯੂਨਿਟ ਖੂਨ ਇਕੱਠਾ ਕਰਕੇ ਅਸੀਂ ਜੋ ਕੰਮ ਸੇਵਾ ਮਾਨਵਤਾ ਦੀ ਭਲਾਈ ਵਾਸਤੇ ਕੰਮ ਕਰ ਰਹੇ ਹਾਂ। ਇਹ ਖੂਨਦਾਨ ਕੈਂਪ ਦਾ ਬਹੁਤ ਹੀ ਉਪਰਾਲਾ ਜੋ ਸਾਡੇ ਵੀਰਾਂ ਨੇ ਕੀਤਾ, ਉਹਦੇ 'ਚ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬੀ ਸਰਗਰਮੀਆਂ ਲਈ ਫਤਿਹਗੜ੍ਹ ਸਾਹਿਬ ਤੋਂ ਦਰਵਿੰਦਰ ਸਿੰਘ ਖਰੋੜੀ ਦੀ ਰਿਪੋਰਟ।